ਡਾਕਟਰ ਬਰੀਅਮ ਸਿੰਘ ਸੰਧੂ ਦੀ ਕਹਾਣੀ ਤਿਲਕਣ ਸ਼ਮਿੰਦਰ ਅਜੇ ਤੱਕ ਨਹੀਂ ਆਈ ਬਾਰ-ਬਾਰ ਆ ਰਿਹਾ ਹੈ ਖਿਆਲ ਅਵਤਾਰ ਦੇ ਹੱਥੋਂ ਕਿਤਾਬ ਖਿੱਚ ਲੈਂਦਾ ਹੈ ਤੇ ਕਿਤਾਬ ਮੇਜ਼ ਉੱਪਰ ਡਿੱਗ ਪੈਂਦੀ ਹੈ ਪੂਟ ਕੇ ਕਮਰੇ 'ਚ ਟਹਿਲਣ ਲੱਗਦਾ ਹੈ ਇਧਰੋਂ ਉਧਰੋਂ ਉਧਰੋਂ ਇਧਰ ਆਪਣੇ ਆਪ ਉਹਦਾ ਸੱਜਾ ਹੱਥ ਉੱਟਦਾ ਹੈ ਤੇ ਉਹ ਆਪਣੀ ਪੁੜਪੁੜੀ ਨੂੰ ਅੰਗੂਠੇ ਨਾਲ ਦੀ ਉਂਗਲੀ ਨਾਲ ਠਕੋਰਨ ਲੱਗ ਜਾਂਦਾ ਹੈ ਚਿਹੇਂ ਦਿਮਾਗ ਚੁੱਪ ਚੁ ਕਸ਼ਮਿੰਦਰ ਦਾ ਕੰਡੇ ਵਰਗਾ ਖਿਆਲ ਪੋਟਿਆਂ ਨਾਲ ਪੁੱਟ ਕੇ ਬਾਹਰ ਵਗਾ ਮਾਰਨਾ ਹੋਵੇ ਪਰ ਕੰਡਾ ਜਿਵੇਂ ਹੋਰ ਡੁੰਗੇਰਾ ਖੁੱਬ ਜਾਂਦਾ ਹੈ ਸ਼ਮਿੰਦਰ ਅਜੇ ਤੱਕ ਨਹੀਂ ਆਈ ਉਹ ਦਰਵਾਜ਼ੇ 'ਚ ਖੜਾ ਹੈ ਖੜਾ ਹੋ ਕੇ ਵੇਲੇ 'ਚ ਬਾਹਰ ਝਾਕਣ ਲੱਗ ਪੈਂਦਾ ਹੈ ਬਾਹਰ ਸਵੇਰ ਤੋਂ ਪੈਰੀ ਭੂਰ ਦਾ ਨਜ਼ਾਰਾ ਹੈ ਪਰ ਸ਼ਮਿੰਦਰ ਕਿਧਰੇ ਨਹੀਂ ਕਹਿੰਦੀ ਤਾਂ ਸੀ ਕਿ ਸਵੇਰੇ ਛੁੱਟੀ ਹੈ ਤੇ ਜ਼ਰੂਰ ਘੰਟਾ ਦੋ ਘੰਟੇ ਉਸ ਕੋਲ ਪੜਨ ਲਈ ਆਏਗੀ ਪਰ 2 ਵਜਣ ਨੂੰ ਆਏ ਸ਼ਮਿੰਦਰ ਨਹੀਂ ਆਈ ਉਹਦਾ ਮਨ ਉਹਨੂੰ ਝਾੜ ਪਾਉਂਦਾ ਨਹੀਂ ਆਈ ਤਾਂ ਸਗੋਂ ਚੰਗਾ ਹੈ ਚੱਲ ਕੇ ਆਪਣਾ ਪੜ ਤੇ ਉਹ ਦਰਵਾਜ਼ੇ 'ਚੋਂ हट ਕੇ ਮੇਜ਼ ਤੋਂ ਮੁੜ ਕਿਤਾਬ ਚੁੱਕ ਲੈਂਦਾ ਹੈ ਵੈਦ ਕੀ ਦੂਜੀ ਐਮ ਐ ਕਰ ਰਿਹਾ ਤੇ ਉਸ ਲਈ ਆ ਪੜਨਾ ਜ਼ਰੂਰੀ ਵੀ ਤਾਂ ਹੈ ਪਰ ਜਿਵੇਂ ਕਿਤਾਬ ਦਾ ਹਰ ਅੱਖਰ ਸ਼ਮਿੰਦਰ ਸ਼ਮਿੰਦਰ ਬੋਲ ਰਿਹਾ ਉਹ ਖਿੱਚ ਕੇ ਮੁੜ ਉੱਠ ਬੈਠਦਾ ਹੈ ਫਿਰ ਕਮਰੇ ਦੀ ਮਿੰਤੀ ਸ਼ੁਰੂ ਹੋ ਜਾਂਦੀ ਹੈ ਉਹਦਾ ਮਨ ਉਹਨੂੰ ਸਿੱਖਿਆ ਦੇ ਰਿਹਾ ਸ਼ਮਿੰਦਰ ਬਾਰੇ ਇੰਨਾ ਸੋਚਣ ਦੀ ਭਲਾ ਉਹਨੂੰ ਕੀ ਲੋੜ ਹੈ ਉਹ ਕਿਹੜਾ ਕਿਤੇ ਉਹਨੂੰ ਤਿਆਰ ਕਰਦੀ ਹੈ ਨਾਲੇ ਉਹ ਤਾਂ ਉਹਦੀ ਵਿਦਿਆਰਥਣ ਸ਼ਮਿੰਦਰ ਐਤ ਕੀ ਹਰਸਕੰਡੀ ਦਾ ਇਮਤਿਹਾਨ ਦੇ ਰਹੀ ਹੈ ਉਹਦੇ ਪਿਤਾ ਨਾਲ ਅਵਤਾਰ ਦੇ ਚੰਗੇ ਸਬੰਧ ਹੈ ਤੇ ਸ਼ਮਿੰਦਰ ਦੇ ਪਿਤਾ ਦੀ ਬੇਨਤੀ ਤੇ ਅਵਤਾਰ ਉਹਨੂੰ ਪਿਛਲੇ 1 ਮਹੀਨੇ ਤੋਂ ਘਰ ਪੜਾ ਰਿਹਾ ਹੈ ਉਹ ਇਮਾਨਦਾਰ ਹੈ ਸ਼ਰੀਫ ਹੈ ਉਹਨੂੰ ਵਰਤਣਾ ਆਉਂਦਾ ਹੈ ਇਸੇ ਲਈ ਸ਼ਮਿੰਦਰ ਦੇ ਪਿਤਾ ਨੇ ਵੀ ਉਹਤੇ ਵਿਸ਼ਵਾਸ ਹੈ ਤਾਂ ਹੀ ਉਹ ਆਪਣੀ ਲੜਕੀ ਨੂੰ ਉਸ ਕੋਲ ਕੱਲੀ ਪੜਨ ਭੇਜ ਦਿੰਦਾ ਹੈ ਆਪਣੀ ਸ਼ਰਾਫਤ ਇਮਾਨਦਾਰੀ ਤੇ ਵਿਸ਼ਵਾਸ ਬਾਰੇ ਸੋਚਦਿਆਂ ਅਵਤਾਰ ਨੂੰ ਇੰਜ ਲੱਗਦਾ ਹੈ ਜਿਵੇਂ ਤਿੰਨ ਜਣੇ ਆਪਣੇ ਹੱਥਾਂ 'ਚ ਵੱਡਾ ਸਾਰਾ ਸ਼ੀਸ਼ਾ ਫੜ ਕੇ ਉਹਦੇ ਸਾਹਮਣੇ ਕਰ ਰਹੇ ਹੋਣ ਤੇ ਉਹਨੂੰ ਕਹਿ ਰਹੇ ਹੋਣ ਆਪਣਾ ਮੂੰਹ ਤੱਕ ਇਸ 'ਚ ਪਰ ਉਹਦੀ ਜ਼ਿੱਦਖੋਰੀ ਸੋਚ ਵਿੱਚ ਕਾਲਪਨਿਕ ਸ਼ੀਸ਼ੇ ਦੇ ਉੱਪਰ ਵੱਟ ਕੇ ਮੁੱਕਾ ਮਾਰਦੀ ਹੈ ਤੇ ਉਹਦੇ ਪਿੱਛੋਂ ਸ਼ਮਿੰਦਰ ਦਾ ਸੰਗ ਸ਼ਰਮ ਦੀ ਲਾਲੀ 'ਚ ਲਿਪਟਿਆ ਕੱਚ ਕੁਆਰ ਚਿਹਰਾ ਅਵਤਾਰ ਦੀਆਂ ਨਜ਼ਰਾਂ ਅੱਗੇ ਆ ਜਾਂਦਾ ਹੈ ਮਲੂਕੜੀ ਜੀ ਸ਼ਮਿੰਦਰ ਗੰਦਲਾਂ ਵਰਗੇ ਕੋਲੇ ਕੋਲੇ ਕੱਚੇ ਕੱਚੇ ਅੰਗ ਜਿਵੇਂ ਹੁਣੇ ਕੋਈ ਮਰੋੜ ਦੇਵੇ ਤੇ ਹੁਣੇ ਟੁੱਟ ਜਾਣੇ ਹੋਣ ਉਹਦਾ ਨਿੱਕੀ ਨਿੱਕੀ ਗੱਲ ਤੇ ਸ਼ਰਮਾ ਕੇ ਸਿਰ ਨਿਵਾ ਕੇ ਮੂਲ ਕਾਣ ਦੀ ਵਿਅਰਥ ਕੋਸ਼ਿਸ਼ ਕਰਨਾ ਤੇ ਅਵਤਾਰ ਦਾ ਸਰੀਰ ਜਿਵੇਂ ਮੱਗ ਉੱਠਦਾ ਹੈ ਕਿ ਉਹ ਉਹਨੂੰ ਪਿਆਰ ਨਹੀਂ ਕਰਦੀ ਪਰ ਉਹਨੂੰ ਨਫ਼ਰਤ ਵੀ ਤਾਂ ਨਹੀਂ ਕਰਦੀ ਉਹਨੂੰ ਸਧਾਰਨ ਆਦਮੀਆਂ ਵਾਂਗ ਵੀ ਤਾਂ ਨਹੀਂ ਸਮਝਦੀ ਸਧਾਰਨ ਅਧਿਆਪਕਾਂ ਤੋਂ ਵੱਧ ਉਹਦੀ ਇੱਜ਼ਤ ਕਰਦੀ ਹੈ ਉਹ ਆਪੇ ਸੋਚੀ ਜਾਂਦਾ ਸਧਾਰਨ ਆਦਮੀਆਂ ਤੇ ਸਧਾਰਨ ਵਿਦਿਆਪਕਾਂ ਵਾਲੀ ਇੱਜ਼ਤ ਤੋਂ ਥੋੜਾ ਜਿਹਾ ਉੱਪਰ ਵਾਲ ਕੁਝ-ਕੁਝ ਜ਼ਰੂਰ ਉਸਨਲ ਕਰਦੀ ਹੈ ਤੇ ਕੁਝ-ਕੁਝ ਨੂੰ ਜਿਵੇਂ ਅੱਜ ਪਿਆਰ ਤੱਕ ਪਹੁੰਚਾ ਦੇਣਾ ਚਾਹੁੰਦੇ ਪਰਸ਼ਮਿੰਦਰ ਅਜੇ ਤੱਕ ਨਹੀਂ ਆਈ ਉਹਨੂੰ ਆ ਜਾਣਾ ਚਾਹੀਦਾ ਸੀ ਇੰਨੀ ਉਡੀਕ ਵੀ ਭਲਾਂ ਕੀ ਆਖ ਉਡੀਕ ਦੀਆਂ ਘੜੀਆਂ ਕਿੰਨੀਆਂ ਔਖੀਆਂ ਹੁੰਦੀਆਂ ਉਹ ਸੋਚਦਾ ਪਰ ਫਿਰ ਮਨ ਨੂੰ ਤਸੱਲੀ ਦੇਣ ਲਈ ਉਹ ਕਵੀਆਂ ਦੀ ਸੋਚ ਕਿ ਉਡੀਕ ਵਿੱਚ ਹੀ ਅਸਲ ਮਜ਼ਾ ਹੁੰਦਾ ਹੈ ਬਾਰੇ ਸੋਚਦਾ ਇਹ خیال ਉਹਨੂੰ ਬਕਵਾਸ ਸਿਆ ਲੱਗਦਾ ਹੈ। ਪਿਆਰ ਚ ਡਿੱਕਣਾ ਮਜ਼ਾ ਨਹੀਂ ਮੁਸੀਬਤ ਹੈ। ਉਹਦਾ ਮਨ ਕਹਿੰਦਾ ਉਹ ਫੇਰ ਦਰਵਾਜ਼ੇ 'ਚ ਜਾ ਖੜਾ ਹੁੰਦਾ ਹੈ ਸਾਹਮਣੇ ਕਾਲੀ ਸਿਆ ਘਟਾ ਉੱਪਰ ਉੱਠਦੀ ਆ ਰਹੀ ਹੈ। ਘਟਾ ਉੱਪਰ ਲੀਆਂ ਦੋ ਬਰਾਬਰ ਦੀਆਂ ਬੱਦਲੀਆਂ ਘਟਾ ਦੇ ਹੇਠਾਂ ਟਕੀਆਂ ਜਾਂਦੀਆਂ। ਉਹਨੂੰ ਲੱਗਦਾ ਜਿਵੇਂ ਸ਼ਮਿੰਦਰ ਨੇ ਆਪਣੇ ਉੱਤੇ ਕਾਲੀ ਚੁੰਨੀ ਤਾਣ ਲਈ ਹੋਵੇ। ਉਹ ਆਪ ਹੀ ਆਪਣੀ ਇਸ ਤੁਲਨਾ ਤੇ ਮੁਸਕਰਾ ਪੈਂਦਾ। ਬਦਲ ਹੋਰ ਗੂੜੇ ਹੁੰਦੇ ਜਾ ਰਹੇ ਐ ਕਿਰਮਿਣ ਹੋਰ ਤੇਜ਼ ਹੋ ਜਾਂਦੀ ਹੈ ਹੁਣ ਉਹ ਕਿੱਥੇ ਆਉਣ ਲੱਗੀ ਐ ਤੇ ਨਿਰਾਸ਼ਜਾ ਹੋ ਕੇ ਪਲੰਘ ਤੇ ਆ ਡਿੱਗਦਾ ਹੈ ਰਜਾਈ ਖਿੱਚ ਕੇ ਉੱਪਰ ਤਾਣ ਲੈਂਦਾ ਐ ਬਦਲਾਂ ਵਾਲਾ ਦਿਨ ਇਹ ਕਿਰਮਿਣ ਵਾਲਾ ਦਿਨ ਤੇ ਉਹਨੂੰ ਆਪਣਾ ਆਪ ਗਰਮ ਹੁੰਦਾ ਚਾਹਤਾ ਐ ਪਲੋ ਪਲ ਵਿੱਚ ਜਿਵੇਂ ਉਹਨੂੰ ਬੁਖਾਰ ਹੋ ਜਾਏਗਾ ਇੱਕ ਕੰਬਣੀ ਜੀ ਉਹਦੇ ਸਰੀਰ ਨੂੰ ਆਉਂਦੀ ਐ ਤੇ ਉਹ ਰਜਾਈ ਠੀਕ ਕਰਕੇ ਉਹਨੂੰ ਚੰਗੀ ਤਰ੍ਹਾਂ ਕੁੱਟ ਲੈਂਦਾ ਉਹਦੇ ਦਿਮਾਗ ਨੂੰ ਘੂਕੀ ਜੀ ਚੜਦੀ ਜਾਂਦੀ ਐ ਸ਼ਮਿੰਦਰ ਦਾ ਚਿਹਰਾ ਅੱਖਾਂ ਸਾਹਮਣੇ ਤੇ ਫਿਰ ਬੱਦਲਾਂ ਵਾਲਾ ਦਿਨ ਕਿਣਮਣ ਵਾਲਾ ਦਿਨ ਤੇ ਸ਼ਮਿੰਦਰ ਦਾ ਚਿਹਰਾ ਹੌਲੀ-ਹੌਲੀ ਸੁਨੀਤਾ ਦਾ ਚਿਹਰਾ ਬਣ ਜਾਂਦਾ ਹੈ ਸੁਨੀਤਾ ਦੇ ਚੰਚਲ ਨੈਣ ਸੁਨੀਤਾ ਦੇ ਰਸੇ-ਰਸੇ ਹੋਠ ਜਿਨ੍ਹਾਂ ਬਾਰੇ ਸੋਚਦਾ ਸੀ ਕਿ ਜੇ ਕੋਈ ਇਹਨਾਂ ਹੋਠਾਂ ਨੂੰ ਚੁੰਮੇ ਤਾਂ ਉਹਨੂੰ ਮਿੱਠੇ-ਮਿੱਠੇ ਛੁਆਰੇ ਖਾਣ ਵਰਗਾ ਸੁਆਦ ਆਵੇ ਸੁਨੀਤਾ ਦਾ ਖੁਸ਼ਬੂਦਾਰ ਦੁਦਘੁਦਾ ਸਰੀਰ ਤੇ ਉਹਦੋਂ ਸੋਚਦਾ ਹੁੰਦਾ ਸੀ ਇਹ ਸਰੀਰ ਨਾਲ ਕੋਈ ਬਿਸਤਰੇ ਤੱਕ ਪਹੁੰਚ ਜਾਏ ਤਾਂ ਨਾਲ ਹੀ ਸਵਰਗਾ ਦੀਆਂ ਬਰੂਆਂ ਪਾਰ ਕਰ ਜਾਏ ਪਰ ਇਹ ਸਭ ਕੁਝ ਉਹ ਸੋਚਦਾ ਰਿਹਾ ਸੀ ਸੋਚਦਾ ਹੀ ਰਿਹਾ ਸੀ ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਸ਼ਹਿਰ ਨੌਕਰੀ ਕਰਦਾ ਸੀ ਤੇ ਸੀਟ ਦੀ ਨਾਤੇ ਦੀ ਲੜਕੀ ਸੁਨੀਤਾ ਨੂੰ ਉਹਦੇ ਘਰ ਪੜਾਉਣ ਜਾਇਆ ਕਰਦਾ ਸੀ ਨਵੇਕਲੀ ਬੈਠਕ 'ਚ ਸੁਨੀਤਾ ਦੀ ਉਡੀਕ ਚੋਂ ਬਾਟਸਰਮ ਦਾ ਸੁਨੀਤਾ ਅੰਦਰ ਕੀ ਆਉਂਦੀ ਜਿਵੇਂ ਖੁਸ਼ਬੂ ਦੀ ਪੁਤਲੀ ਅੰਦਰ ਆਵਣ ਦੀ ਹਰ ਰੋਜ਼ ਨਵਾਂ ਸੂਟ ਹਰ ਰੋਜ਼ ਨਵੇਂ ਢੰਗ ਨਾਲ ਬਣਾਏਵਾਲ ਹਰ ਰੋਜ਼ ਵਨਸਵਨੇ ਤੇਲ ਕਰੀਮ ਪਾਊਡਰ ਦੀ ਵਰਤੋਂ ਤੇ ਉਹਨੂੰ ਵੇਖ ਕੇ ਅਵਤਾਰ ਸੋਚਿਆ ਕਰਦਾ ਸੀ ਕਿ ਕੀ ਉਸ ਕੋਲ ਪੜਨ ਆ ਵਸੇ ਆਈ ਹੈ ਜਾਂ ਕਿਸੇ ਹੁਸਨ ਮੁਕਾਬਲੇ 'ਚ ਸ਼ਾਮਲ ਹੋਣ ਲਈ ਨਿੱਕੀ ਨਿੱਕੀ ਗੱਲ ਤੇ ਹਸਪੰਦ ਦੀ ਸੁਨੀਤਾ ਮੱਥੇ ਦੇ ਕੁੰਡਲ ਪਾਉਂਦੀ ਕਾਲੀ ਲਿੱਟ ਨੂੰ ਵਾਲਾਂ 'ਚ ੜਾਉਣ ਦੀ ਨਾਕਾਮ ਕੋਸ਼ਿਸ਼ ਕਰਦੀ ਸਰਕ ਕੇ ਅਵਤਾਰ ਦੇ ਹੋਰ ਨੇੜੇ ਹੋ ਜਾਂਦੀ ਅਵਤਾਰ ਸਿਮਟ ਜਾਂਦਾ ਦਿਲ 'ਚ ਕਈ ਕੁਝ ਸੋਚਦਾ ਪਰ ਉਹਦੀ ਸੋਚ ਉੱਤੇ ਉਹਦੇ ਪੇਸ਼ੇ ਦੀ ਸੁਚਮਤਾ ਦਾ ਭਾਰ ਆ ਪੈਂਦਾ ਤੇ ਹੋਰ ਇਕੱਠਾ ਹੋ ਜਾਂਦਾ ਪੜਾਉਣ 'ਚ ਮਨ ਲਾ ਲੈਂਦਾ ਉਹ ਪੜਾ ਰਿਹਾ ਹੁੰਦਾ ਤੇ ਸੁਨੀਤਾ ਆਪਣੇ ਕੱਪੜਿਆਂ ਦੀ ਫਿਟਿੰਗ, ਸਲਾਈ ਤੇ ਰੰਗਾਂ ਬਾਰੇ ਗੱਲਾਂ ਕਰਨ ਲੱਗਦੀ। ਉਹ ਪੜਾ ਰਿਹਾ ਹੁੰਦਾ ਤੇ ਸੁਨੀਤਾ ਆਪਣੀਆਂ ਸਹੇਲੀਆਂ ਦੀਆਂ ਗੱਲਾਂ ਕਰਨ ਲੱਗ ਜਾਂਦੀ ਤੇ ਜਿਹੜੇ ਉਹਨਾਂ ਦੀ ਗਲੀ ਦੇ ਦੋ ਕੁ ਮੁੰਡੇ ਕੁੜੀਆਂ ਨੂੰ ਛੇੜਦੇ ਰਹਿੰਦੇ ਸਨ ਉਹਨਾਂ ਦੀ ਬੇਸ਼ਰਮੀ ਬਾਰੇ ਅਵਤਾਰ ਨੂੰ ਦੱਸਣ ਲੱਗਦੀ। ਉਹ ਪੜਾ ਰਿਹਾ ਹੁੰਦਾ ਤੇ ਸੁਨੀਤਾ ਆਪਣੀ ਭੈਣ ਤੇ ਜੀਜੇ ਦੀਆਂ ਗੱਲਾਂ ਲੈ ਬੈਠਦੀ। ਭੈਣ ਤੇ ਜੀਜਾ ਜਿਨ੍ਹਾਂ ਨੇ ਪ੍ਰੇਮ ਵਿਆਹ ਕੀਤਾ ਸੀ ਤੇ ਅੱਜਕੱਲ ਹਨੀਮੂਨ ਮਨਾਉਣ ਲਈ ਆਗਰੇਵਲ ਗਏ ਹੋਏ ਸਨ। ਉਹ ਭੈਣ ਤੇ ਜੀਜੇ ਦੇ ਪਿਆਰ ਦੀਆਂ ਗੱਲਾਂ ਇਸ ਤਰ੍ਹਾਂ ਸਵਾਦ ਲੈ ਲੈ ਕਰਦੀ ਜਿਵੇਂ ਅਖੰਡ ਦੀਆਂ ਕੁੜਕ ਦੀਆਂ ਰੇਉੜੀਆਂ ਚੱਭ ਰਹੀ ਹੋਵੇ ਤੇ ਗੱਲਾਂ ਗੱਲਾਂ ਚੋਂ ਅਵਤਾਰ ਦੇ ਹੋਰ ਨੇੜੇ ਹੋ ਜਾਂਦੀ ਇੰਨੀ ਨੇੜੇ ਕਿ ਸੁਨੀਤਾ ਦੇ ਸਾਹਾਂ ਦੀ ਆਵਾਜ਼ ਉਹਨੂੰ ਸੁਣਾਈ ਦੇਣ ਲੱਗ ਜਾਂਦੀ ਉਹਦਾ ਗੁੱਦਗੁਦਾ ਸਰੀਰ ਅਵਤਾਰ ਦੇ ਨਾਲ ਛੂੰਣ ਲੱਗਦਾ ਅਵਤਾਰ ਹੋਰ ਸਿਮਟ ਜਾਂਦਾ ਸੁਨੀਤਾ ਦਾ ਘਗਰੇ ਵਰਗਾ ਖੁੱਲਾ ਸੁਭਾ ਜਦੋਂ ਚਾਹੀ ਪੈਣ ਸਕਦਾ ਅਵਤਾਰ ਸੋਚਦਾ ਫਿਰ ਉਹਦੇ ਅੰਦਰ ਦਾ ਦਰਸ਼ ਉਹਨੂੰ ਸਮਝਾਉਣ ਲੱਗ ਪੈਂਦਾ ਇਕ ਅਧਿਆਪਕ ਹੋ ਕੇ ਕੌਮ ਦਾ ਚਾਲ ਚਲਨ ਬਣਾਉਣ ਵਾਲਾ ਹੋ ਕੇ ਇਨ੍ਹਾਂ ਨੀਵਾਂ ਸੋਚਣਾ ਤੇ ਬੋਲੀ ਜਾਂਦਾ ਬੋਲੀ ਜਾਂਦਾ ਹੱਥ ਲਾਈ ਜਾਂਦਾ ਬੋਲੀ ਜਾਂਦਾ ਸੁਨੀਤਾ ਖਿੜਖਿੜ ਹੱਸਦੀ ਉਹਦੇ ਮੂੰਹ ਹੰਤੱਕ ਦੇ ਜਾਂਦੀ ਉਹ ਮੋੜੋ ਦੇ ਹੱਥੋਂ ਕਿਤਾਬ ਖਿੱਚ ਲੈਂਦੀ ਛੱਡੋ ਮਾਸਟਰ ਜੀ ਕੋਈ ਹੋਰ ਗੱਲ ਸੁਣਾਓ ਤੇ ਅਵਤਾਰ ਜ਼ਮਾਨੇ ਦੀ ਵਿਗੜ ਰਹੀ ਦਸ਼ਾ ਬਾਰੇ ਗੱਲਾਂ ਕਰਨ ਲੱਗ ਜਾਂਦਾ ਜ਼ਮਾਨੇ ਚੂੜ ਦੀ ਜਾਰੀ ਸ਼ਰਮ ਹਿਆ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਲੱਗ ਪੈਂਦਾ ਚੰਗੇ ਚਲਣ ਦੀ ਮਹਾਨਤਾ ਦਰਸਾਉਣ ਲੱਗ ਪੈਂਦਾ ਸੁਨੀਤਾ ਸੁਣਦੀ ਸੁਣਦੀ ਜਿਵੇਂ ਉਂਗਲਾਉਣ ਲੱਗ ਜਾਂਦੀ ਘੜੀਮੁੜੀ ਮੂੰਹ ਤੇ ਹੱਥ ਰੱਖ ਕੇ ਉਬਾਸੀਆਂ ਲੈਂਦੀ ਆਪਣਾ ਲੈਕਚਰ ਖਤਮ ਕਰਦਾ ਤੇ ਘੜੀ ਵੇਖ ਕੇ ਉੱਠਣ ਦੀ ਕਰਦਾ ਹਾਂ ਤੇ ਇਸ ਤਰ੍ਹਾਂ ਦਾ ਹੀ ਉਹ ਦਿਨ ਸੀ ਬੱਦਲਾਂ ਵਾਲਾ ਦਿਨ ਘਿੜਮਣ ਵਾਲਾ ਦਿਨ ਸਵੇਰ ਤੋਂ ਆਕਾਸ਼ ਤੇ ਬੱਦਲ ਛਾਏ ਸਨ ਹੱਥ 'ਚ ਛਤਰੀ ਲੈ ਕੇ ਓਵਰਕੋਟ ਪਹਿਨੀ ਉਹ ਸੁਨੀਤਾ ਹੋਰਾਂ ਦੀ ਬੈਠਕ 'ਚ ਜਾ ਵੜਿਆ ਸੁਨੀਤਾ ਪਹਿਲਾਂ ਹੀ ਤਿਆਰ ਹੋ ਕੇ ਬੈਠੀ ਸੀ ਕਿਸੇ ਫਿਲਮੀ ਮਾਸਕ ਪੱਤਰ ਦੀਆਂ ਤਸਵੀਰਾਂ ਉੱਤੇ ਨਜ਼ਰ ਗੱਡੀ ਸੀ ਅਵਤਾਰ ਦੇ ਅੰਦਰ ਪਹੁੰਚ ਕੇ ਛਤਰੀ ਇਕੱਠੀ ਕਰਕੇ ਇੱਕ ਨੁੱਕਰ 'ਚ ਧਰ ਦਿੱਤੀ ਉਹ ਕੁਰਸੀ ਵੱਲ ਵਧਿਆ ਅੱਜ ਮੈਂ ਬੜੇ ਚਿਰਾਂ ਤੋਂ ਤੁਹਾਡੀ ਵੇਟ ਕਰ ਰਹੀ ਆ ਸੁਨੀਤਾ ਨੇ ਬੇਝਿਜਕ ਬਾਹਾਂ ਉਤਾں ਖੜੀਆਂ ਕਰਕੇ ਅੰਗੜਾਈ ਭਰਨੀ ਅਵਤਾਰ ਵਿੱਚ ਦੇ ਅਧਿਆਪਕ ਨੇ ਉਹਦਾ ਸਿਰ ਫੜ ਕੇ ਸੁਨੀਤਾ ਤੇ ਟਿੱਕੀਆਂ ਗੁਸਤਾਖ ਨਜ਼ਰਾਂ ਨੂੰ ਨਿਵਿਆਂ ਕਰ ਦਿੱਤਾ ਬਸ ਆ ਬਾਰਿਸ਼ ਵਗੈਰਾ ਕਰਕੇ ਦੇਰ ਹੋ ਗਈ ਅਵਤਾਰ ਕੁਰਸੀ ਤੇ ਨਿਠ ਕੇ ਬੈਠ ਮੈਨੂੰ ਤਾਂ ਸੱਚੀ ਤੁਹਾਡੇ ਤੇ ਖੇਜ ਆਉਣ ਲੱਗ ਪਈ ਸੀ ਕੱਲੀ ਨੂੰ ਘਰ ਵੱਡ-ਵੱਡ ਖਾਣ ਨੂੰ ਕਰਦਾ ਸੀ ਡੈਡੀ ਦਫਤਰ ਨੇ ਤੇ ਮੰਮੀ ਪੇਕਿਆਂ ਦੇ ਗਈ ਐ ਤੇ ਕੱਲ ਦੀ ਛੋਟੇ ਬਿੱਟੂ ਨੂੰ ਨਾਲ ਲੈ ਕੇ ਸੁਨੀਤਾ ਮੁਸਕਰਾਉਂਦੀ ਬੋਲ ਰਹੀ ਸੀ ਹਰ ਬੋਲ ਤੇ ਨੈਣਾ ਨੂੰ ਮਟਕਾਉਂਦੀ ਅਵਤਾਰ ਨੇ ਤੱਕਿਆ ਕਜਲੇ ਦੀ ਧਾਰੀ ਅਗਲੇ ਅੱਗੇ ਨਾਲੋਂ ਵਧੇਰੇ ਲੰਮੀ ਖਿੱਚੀ ਹੋਈ ਸੀ ਕੱਪੜਿਆਂ ਦੀ ਚੋਣ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਸੀ ਅਵਤਾਰ ਨੇ ਸੋਚਿਆ ਜੀ ਕੁਝ ਦਿਨੀ ਹੋਈ ਸੁਨੀਤਾ ਨੇ ਉਹਨੂੰ ਪੁੱਛਿਆ ਸੀ ਭਲਾ ਤੁਹਾਨੂੰ ਕਿਹੜਾ ਕਲਰ ਸਭ ਤੋਂ ਜ਼ਿਆਦਾ ਪਸੰਦ ਹੈ ਅੱਜ ਉਹ ਉਸੇ ਰੰਗ ਦਾ ਸੂਟ ਉਹਦੀ ਪਸੰਦ ਦਾ ਸੂਟ ਉਹਨੇ ਪਹਿਨ ਰੱਖਿਆ ਸੀ ਬਾਹਰ ਮੀਂਹ ਤੇਜ਼ ਹੋ ਰਿਹਾ ਸੀ ਬੱਦਲਾਂ ਦਾ ਹਨੇਰਾ ਸੰਘਣਾ ਹੁੰਦਾ ਜਾ ਰਿਹਾ ਸੀ ਅਵਤਾਰ ਨੇ ਅੰਗਰੇਜ਼ੀ ਦੀਆਂ ਕਵਿਤਾਵਾਂ ਦੀ ਪੁਸਤਕ ਮੇਜ਼ ਤੋਂ ਫੜ ਲਈ ਅੱਜ ਉਹਨੇ ਕੀਟਸ ਪੜਾਉਣਾ ਸੀ ਕਵਿਤਾ ਪੜਾਉਂਦੇ ਨੂੰ ਸੁਨੀਤਾ ਨੇ ਟੋਕ ਦਿੱਤਾ ਅੱਛਾ ਇੱਕ ਗੱਲ ਦੱਸੋ ਮਾਸਟਰ ਜੀ ਅਵਤਾਰ ਉਹਦੇ ਮੂੰਹ ਹਲ ਵੇਖਣ ਲੱਗ ਪਿਆ ਤੁਸੀਂ ਕੀਟਸ ਦੀ ਬਿਲਵਡ ਬਾਰੇ ਕਿਹਦਾ ਸੋਚਦੇ ਹੋ ਇਹ ਭਲਾ ਕੀ ਉਸਵਾਨ ਸੀ ਅਵਤਾਰ ਮਨਿਮਨ ਮੁਸਕਰਾਇਆ ਮੈਂ ਤਾਂ ਜਈ ਔਰਤ ਨੂੰ ਦਿਲੋਂ ਹੇਟ ਕਰਨੀ ਆ ਇੱਕ ਪਾਸੇ ਕੋਈ ਵਿਚਾਰਾ ਉਸ ਲਈ ਤਪ dedic ਨਾਲ ਮਰ ਰਿਹਾ ਹੋਵੇ ਦੂਜੇ ਪਾਸੇ ਕਿਸੇ ਨੂੰ ਪਰਵਾਹ ਹੀ ਨਾ ਹੋਵੇ ਅਵਤਾਰ ਡੋਰ ਪਰ ਜੇ ਉਸ ਵੱਲ ਤੱਕੀ ਜਾ ਰਿਹਾ ਸੀ ਕਿ ਸੁਨੀਤਾ ਨੇ ਉਹਦੇ ਹੱਥੋਂ ਕਿਤਾਬ ਖੋ ਕੇ ਮੇਜ਼ 'ਤੇ ਅੱਜ ਪੜ੍ਹਨਾ ਨਹੀਂ ਬਸ ਕੋਈ ਮਿੱਠੀ ਜੀ ਬੜੀ ਮਿੱਠੀ ਜੀ ਗੱਲ ਸੁਣਾਓ ਸਵਾਦ ਆ ਜਾਏ ਸਵਾਦੀ ਹਾਂ ਸਵਾਦੀ ਬਸ ਤੁਹਾਡੇ ਵਰਗੀ ਸਵਾਦੀ ਉਹ ਅੱਖਾਂ ਇੱਕਾਂ ਚ ਮੁਸਕਰਾਈ ਉਹ ਕਿਹੋ ਜੀਆਂ ਗੱਲਾਂ ਅੱਜ ਫੇਰ ਕਰ ਰਹੀ ਸੀ ਅਵਤਾਰ ਉਹਦੇ ਵੱਲ ਤੱਕੇ ਜਾ ਰਿਹਾ ਸੀ ਅੱਜ ਪਾਲਾ ਕਿਧਰੋਂ ਆਪਣੇ ਨਾਲ ਲਿਆਏ ਹੋ ਬੜੀ ਠੰਡ ਹੈ ਹੈ ਨਾ ਹਾਂ ਹਾਂ ਠੰਡ ਤਾਂ ਹੈ ਔਤਰੀ ਹਵਾ ਵੀ ਕਿਵੇਂ ਵਗਦੀ ਪਈ ਹੈ ਠੰਡੀ ਠਾਰ ਜਿਵੇਂ ਕਿਤੇ ਗੜੇ ਪਏ ਹੋਣ ਤੇ ਉਸ ਉੱਠ ਕੇ ਬਾਰੀਆਂ ਢੋ ਕੇ ਚਿਟਕਣੀਆਂ ਲਾ ਦਿਤੀਆਂ ਕਮਰੇ 'ਚ ਹਨੇਰਾ ਹੋ ਗਿਆ ਨਿਮੇ ਨਿਮੇ ਕੁਸਮਾਲੇ ਚਾਨਣ ਚ ਉਤਾਰਨੇ ਉਹਨੂੰ ਵੇਖਿਆ ਤੇ ਉਹਨੂੰ ਬਿਸਤਰੇ ਤੇ ਸਵਰਗ ਦਾ ਖਿਆਲ ਆਇਆ ਪਰ ਉਹਦੀ ਅਕਲ ਨੇ ਉਹਨੂੰ ਹਲੂਣਿਆ ਬਾਹਰ ਕੜੀਆਂ ਤੇਜ਼ ਹੋਰ ਤੇਜ਼ ਹੋ ਗਈਆਂ ਮੈਂ ਮਰ ਗਈ ਠੰਡ ਨਾਲ ਤਾਂ ਸਰੀਰ ਨੂੰ ਆਕੜ ਚੜਦੀ ਜਾਂਦੀ ਹੈ ਕੌਣ ਦੂਜੇ ਕਮਰੇ ਚ ਜਾਵੇ ਗਰਮ ਸ਼ਾਲ ਲਿਆਵੇ ਫਿਰ ਸੁਨੀਤਾ ਨੇ ਅਵਤਾਰ ਦੇ ਹੱਥਾਂ ਨੂੰ ਆਪਣੇ ਹੱਥਾਂ ਚ ਲੈ ਕੇ ਭੋਲੇ ਜਿਹੇ ਘੁੱਟ ਲਿਆ ਤੁਹਾਡੇ ਹੱਥ ਕਿੰਨੇ ਨਿੱਗੇ ਆ ਅਵਤਾਰ ਜੀ ਬਾਹਰ ਮੀਂਹ ਦੇ ਜ਼ੋਰਦਾਰ ਛਿੜਾਕੇ ਪੈਣ ਲੱਗੇ ਹਨੇਰਾ ਜਿਵੇਂ ਹੋਰ ਵੱਧ ਗਿਆ ਤੁਹਾਡਾ ਕੋਟ ਕਿੱਡਾ ਸਾਰਾ ਖੁੱਲਾ ਹੈ ਭਾਵੇਂ ਦੋ ਜਣੇ ਪਾ ਲੈਣ ਅਵਤਾਰ ਨੂੰ ਲੱਗਾ ਜਿਵੇਂ ਉਹ ਬਰਫੀਲੀ ਤਿਲਕਮੀ ਪਹਾੜੀ ਤੇ ਤੁਰ ਰਿਆਂ ਸੀ ਉਕਾਦਮ ਟਿਕਾ ਟਿਕਾ ਕੇ ਤਰ ਰਿਹਾ ਸੀ ਮਾਸਟਰ ਜੀ ਤੋਂ ਅਵਤਾਰ ਜੀ ਤੱਕ ਵੱਜਦੇ ਤੇਜ਼ ਹਵਾ ਦੇ ਬੁੱਲੇ ਉਹਦੇ ਕਦਮਾਂ ਨੂੰ ਡੇਗਣ ਦੀ ਕੋਸ਼ਿਸ਼ ਤੇ ਸਨ ਪਰ ਉਹ ਸੰਭਲ ਰਿਹਾ ਸੀ ਠੰਡ ਹੈ ਤਾਂ ਸਹੀ ਪਰ ਇੰਨੀ ਵੀ ਕਿੱਥੇ ਹੈ ਜਿੰਨੀ ਤੂੰ ਮਹਿਸੂਸ ਕਰਦੀ ਹੈ ਤੋ ਉਸ ਓਵਰ ਤੇ ਉਸ ਓਵਰ ਕੋਟ ਉਤਾਰ ਕੇ ਸੁਨੀਤਾ ਨੂੰ ਫੜਾਇਆ ਲੈ ਤੂੰ ਇਹਨੂੰ ਉੱਪਰ ਲੈ ਲਾ ਮੇਰੇ ਕੋਲ ਜਰਸੀ ਹੈ ਤੇ ਆਪ ਉਹ ਕੁਰਸੀ ਦਰਵਾਜ਼ੇ ਖਿੱਚ ਕੇ ਬੈਠ ਗਿਆ ਹੌਲੀ ਹੌਲੀ ਜੋਰੀ ਪਹਿੰਦਾ ਮੈਂ ਥੰਮ ਗਿਆ ਉਤਾਰ ਵਾਪਸ ਕਰ ਪਰਤਾ ਅਗਲੇ ਦਿਨ ਸੁਨੀਤਾ ਦੇ ਪਿਤਾ ਨੇ ਉਹਨੂੰ ਬਾਜ਼ਾਰ ਵਿੱਚ ਹੀ ਕਹਿਤਾ ਮਾਸਟਰ ਜੀ ਗੁੱਡੀ ਕਹਿੰਦੀ ਹੈ ਕਿ ਮੈਂ ਟਿਊਸ਼ਨ ਤੇ ਪੜ੍ਹਨਾ ਨਹੀਂ ਮੈਨੂੰ ਤਾਂ ਤੁਹਾਡੀ ਲਿਆਕਤ ਤੇ ਕੋਈ ਸ਼ੰਕਾ ਨਹੀਂ ਪਰ ਉਹ ਨਿਆਣੀ ਐ ਐਵੇਂ ਕਮਲੀ ਜੀ ਸਵੇਰੇ ਕਹੀ ਜਾਵੇ ਪਾਪਾ ਕਵਿਤਾ ਤਾਂ ਕੋਈ ਪੜ੍ਹਾਈ ਤਦ ਸਕਦਾ ਜਦੋਂ ਲਿਖਣ ਵਾਲੇ ਕਵੀ ਜਿੰਨਾ ਡੀਪ ਜਾਏ ਪਰ ਮਾਸਟਰ ਜੀ ਤਾਂ ਤੇ ਫਿਰ ਦਿਨਾਨਾਥ ਨੇ ਉਹਨੂੰ ਕਿਹਾ ਤੁਸੀਂ ਹਿਸਾਬ ਕਰਕੇ ਦੱਸ ਦੇਣਾ ਜਿੰਨੇ ਤੁਹਾਡੇ ਪੈਸੇ ਬਣਦੇ ਹੋਏ ਭੁਜਵਾ ਦੇਾਂਗੇ ਤੇ ਅੱਜ ਵੀ ਬੱਦਲਾਂ ਵਾਲਾ ਦਿਨ ਕਿਣਮਣ ਵਾਲਾ ਦਿਨ ਅਵਤਾਰ ਮਹਿਸੂਸ ਕਰਦਾ ਉਹਨੂੰ ਬੁਖਾਰ ਹੋ ਜਾਏਗਾ ਸੁਨੀਤਾ ਬਾਰੇ ਸੋਚਦੇ ਆ ਉਹਨੂੰ ਆਪਣੇ ਆਪ ਤੇ ਡਾਢੀ ਸ਼ਰਮ ਆਈ ਉਹਦਾ ਜੀ ਕਰਦਾ ਆਪਣੇ ਹੱਥਾਂ ਨੂੰ ਦੰਦੀਆਂ ਵੱਢ ਖਾਵੇ ਪਰ ਉਹ ਸੁਨੀਤਾ ਨੂੰ ਛੱਡ ਕੇ ਸ਼ਮਿੰਦਰ ਬਾਰੇ ਸੋਚਣ ਲੱਗ ਪੈਂਦਾ ਸ਼ਮਿੰਦਰ ਸੁਨੀਤਾ ਵਾਂਗ ਖੁੱਲੇ ਡੁੱਲੇ ਸੁਭਾਅ ਦੀ ਨਹੀਂ ਫਿਰ ਵੀ ਉਹਦਾ ਮਿੱਠਾ ਮਿੱਠਾ ਪ੍ਰਭਾਵ ਅਵਤਾਰ ਨੂੰ ਲਤਾੜੀ ਜਾਂਦਾ ਹੈ ਕਿੰਨਾ ਚਿਰ ਉਹ ਸ਼ਮਿੰਦਰ ਨੂੰ ਉਡੀਕਦਾ ਰਿਹਾ ਤੇ ਸ਼ਮਿੰਦਰ ਆਈ ਨਹੀਂ ਸੀ ਤੇ ਹੁਣ ਉਹ ਨਿਰਾਸ਼ ਹੋ ਕੇ ਲੇਟ ਗਿਆ ਤੇ ਸ਼ਮਿੰਦਰ ਆ ਗਈ ਹੈ ਕਾਲੇ ਰੰਗ ਦੀ ਚੁੰਨੀ ਹੀ ਉਹਨੇ ਸਿਰ ਤੇ ਲਈ ਹੋਈ ਹੈ ਤੇ ਕਾਲੀ ਘਟਾਵਾਂਗੀ ਤਣੀ ਹੋਈ ਹੈ ਬਾਜੀ ਅੱਜ ਬਿਸਤਰੇ 'ਚ ਹੀ ਐਸ ਵੇਲੇ ਤਾਂ ਉਹ ਮੁਸਕੁਰਾ ਕੇ ਹੱਥ ਜੋੜਦੀ ਸੱਸੇ ਕਾਲ ਕਹਿੰਦੀ ਹੈ ਸ਼ਮਿੰਦਰ ਨੂੰ ਵਹਿਨੇ ਹੀ ਅਵਤਾਰ ਦੇ ਸਰੀਰ ਅੰਦਰ ਜਿਵੇਂ ਬਿਜਲੀ ਦੌੜ ਗਈ ਹੈ ਉੱਠ ਕੇ ਬੈਠ ਜਾਂਦਾ ਹੈ ਸਰੀਰ ਕੁਝ ਵੱਲ ਨਹੀਂ ਅੱਜ ਅੱਛਾ ਦਵਾਈ ਮੰਗਵਾਨੀ ਸੀ ਡਾਕਟਰ ਤੋਂ ਸਿਹਤ ਦਾ ਖਿਆਲ ਰੱਖਣਾ ਤਾਂ ਬੜਾ ਜ਼ਰੂਰੀ ਹੈ ਕੁੜੀ ਦਾ ਮੂੰਹ ਚਿੰਤਾ ਚ ਅਫਸੋਸਿਆ ਜਾਂਦਾ ਉਹ ਕਿਤਾਬਾਂ ਮੇਜ਼ ਤੇ ਰੱਖਦੀ ਹੈ ਠੰਡ ਜੀ ਬੜੀ ਐ ਚਾਹ ਬਣਾ ਕੇ ਪੀਣਾ ਚਾਹੁੰਦਾ ਸੀ ਪਰ ਫੇਰ ਉਹ ਜਾਣ ਬੁਝ ਕੇ ਗੱਲ ਵਿੱਚ ਹੀ ਛੱਡ ਦਿੰਦਾ ਲਓ ਚਾਹ ਤਾਂ ਮੈਂ ਸੱਤ ਵਾਰੀ ਬਣਾ ਦੇਣੀ ਐ ਕਹਿ ਕੇ ਸ਼ਮਿੰਦਰ ਸਟੋਵ ਵੱਲ ਵੱਧਦੀ ਐ ਨਹੀਂ ਨਹੀਂ ਹੁਣ ਤੂੰ ਆ ਗਈ ਐ ਤਾਂ ਚਾਹ ਦੀ ਕੀ ਲੋੜ ਐ ਆ ਬੈਠ ਜਾ ਅਵਤਾਰ ਨੀਮ ਸ਼ਰਾਬੀ ਜਿਹਾ ਲੱਗਦਾ ਉਹਦੀ ਗੱਲ ਸੁਣ ਕੇ ਸ਼ਮਿੰਦਰ ਉਹਦੇ ਚਿਹਰੇ ਵੱਲ ਡੂੰਗੀ ਨਜ਼ਰ ਨਾਲ ਤੱਕਦੀ ਉਹਦੇ ਨੇੜੇ ਹੁੰਦੀ ਐ ਸਿਰ ਪੀਟ ਡਾਡੀ ਹੁੰਦੀ ਐ ਕਿ ਕਿ ਉਹ ਲੇਟ ਜਾਂਦਾ ਤੇ ਉਹਦਾ ਮਨ ਧੜਕ ਰਿਹਾ ਲਿਓ ਮੈਂ ਸਿਰ ਘੁੱਟ ਦਿਆਂ ਸ਼ਮਿੰਦਰ ਉਹਦਾ ਸਿਰ ਘੁੱਟਣ ਲੱਗਦੀ ਹੈ ਕੰਮ ਦੇ ਹੱਥਾਂ ਨਾਲ ਅਵਤਾਰ ਉਹਦੇ ਕੋਮਲ ਹੱਥਾਂ ਨੂੰ ਮੱਥੇ 'ਤੇ ਘੁੱਟ ਲੈਂਦਾ ਹੈ ਸ਼ਮਿੰਦਰ ਦਾ ਸਾਰੇ ਦਾ ਸਾਰਾ ਸਰੀਰ थरथरा ਜਾਂਦਾ ਹੈ ਦੂਜੇ ਪਲ ਉਹਦੀਆਂ ਕੋਲੀਆਂ ਲੰਮੀਆਂ ਉਂਗਲਾਂ ਨੂੰ ਅਵਤਾਰ ਆਪਣੇ ਹੂਠਾਂ 'ਤੇ ਰੱਖ ਕੇ ਚੁੰਮਣ ਲੈਂਦਾ ਹੈ ਸ਼ਮਿੰਦਰ ਇੱਕ ਝਟਕੇ ਨਾਲ ਉਹਦੇ ਹੱਥੋਂ ਆਪਣਾ ਹੱਥ ਖਿੱਚ ਲੈਂਦੀ ਹੈ ਫਿਰ ਆਪਣੀ ਚੁੰਨੀ ਨਾਲ ਚੁੰਮੇ ਹੋਏ ਹੱਥਾਂ ਨੂੰ ਰਗੜ ਕੇ ਪਹੁੰਚਦੀ ਹੈ ਜਿਵੇਂ ਉਸ ਥਾਂ 'ਤੇ ਕੋਈ ਸੱਪ ਲੜ ਗਿਆ ਹੋਵੇ ਤੇ ਉਹਦਾ ਜ਼ਹਿਰ ਅੰਦਰ ਨਾ ਜਾਣ ਦੇਣਾ ਚਾਹੁੰਦੀ ਹੋਵੇ ਅਵਤਾਰ ਉੱਠ ਕੇ ਬੈਠ ਜਾਂਦਾ ਹੈ ਸ਼ਮਿੰਦਰ ਦੇ ਚਿਹਰੇ ਤੋਂ ਆਪਣੇ ਕਰਮ ਦਾ ਪ੍ਰਤੀਕਰਮ ਜਾਣਨਾ ਚਾਹੁੰਦਾ ਹੈ ਸ਼ਮਿੰਦਰ ਦੇ ਚਿਹਰੇ ਤੇ ਡਰ ਤੇ ਚਿੰਨ ਸਪਸ਼ਟ ਦਿਖਾਈ ਦੇ ਰਿਹਾ ਜਿਨ੍ਹਾਂ 'ਚ ਕਿਰਨਾਂ ਦੀ ਭਾਵ ਵੀ ਪ੍ਰਤੱਖ ਹੈ ਤੁਸੀਂ ਮੇਰੇ ਮਾਸਟਰ ਹੋ ਨਾ ਉਹਦੇ ਇੱਕ ਸਵਾਲ ਨੇ ਜਿਵੇਂ ਹਜ਼ਾਰਾਂ ਸੂਏ ਅਵਤਾਰ ਦੀ ਸੋਚ ਵਿੱਚ ਚੋਬ ਦਿੱਤੇ ਹੁਣ ਹੂੰ ਅਵਤਾਰ ਦੀ ਜਿਵੇਂ ਸੁਰ ਤੁੱਟਦੀ ਜਾ ਰਹੀ ਹੈ ਉਹਦੇ ਚਿਹਰੇ ਦਾ ਰੰਗ ਪੀਲਾ ਪੈਂਦਾ ਜਾ ਰਿਹਾ ਫਿਰ ਇਹ ਮਾਸਟਰ ਵਾਲਾ ਕੰਮ ਕਰਨ ਲੱਗੇ ਹੋ ਸ਼ਮਿੰਦਰ ਆਪੇ ਭਰੀ ਭੀਤੀ ਚੁੱਪ ਕਰ ਜਾਂਦੀ ਹੈ ਠੰਡ ਚ ਵੀ ਅਫਤਾਰ ਨੂੰ ਲੱਗਦਾ ਜਿਵੇਂ ਮੁੜਕੋ ਮੁੜਕੀ ਹੋ ਗਿਆ ਉਹਦੇ ਹੇਠਾਂ ਜ਼ਮੀਨ ਘੁੰਮ ਰਹੀ ਹੈ ਤੇ ਉਹ ਧਰਤੀ ਤੇ ਮੁੱਦੇ ਮੂੰਹ ਡਿੱਗਾ ਪਿਆ ਤਾਂ